ਤੇ ਵਧੀਆ ਜਿਵੇਂ ਤੁਸੀਂ ਦੱਸਿਆ ਕਿ ਵਾਕਈ ਅਸੀਂ ਥਾਂ ਥਾਂ ਭਟਕ ਰਹੇ ਹਾਂ, ਪਰ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਗੁਰੂ ਸਾਹਿਬ ਨੇ ਮੈਸੇਜ ਦਿੱਤਾ ਹੈ, ਬਾਹ ਪਕੜਨ ਦੀ ਜਿਹੜੀ ਕਲਾ ਅਸੀਂ ਦੇਖੀਏ ਗੁਰੂ ਸਾਹਿਬ ਕੋਲੋਂ ਸਾਨੂੰ ਮਿਲਦੀ ਹੈ, ਵਾਕਈ ਗੁਰੂ ਦਰ ਤੇ ਆ ਕੇ ਅਸਲ ਸ਼ਾਂਤੀ ਮਿਲ ਸਕਦੀ ਹੈ ਇਨਸਾਨ ਨੂੰ। ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਜਿੱਥੇ ਸ਼ਹਾਦਤ ਦੀ ਗੱਲ ਕਰ ਰਹੇ ਹਾਂ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਜਦੋਂ ਕਸ਼ਮੀਰੀ ਪੰਡਿਤ ਫਰਿਆਦ ਲੈ ਕੇ ਆਏ ਸੀ, ਉਸ ਸਮੇਂ 9 ਸਾਲ ਦੇ ਬਾਲਕ ਬਾਲ ਗੋਬਿੰਦ ਰਾਏ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਸ਼ਹਾਦਤ ਲਈ, ਤੁਹਾਡੇ ਤੋਂ ਵੱਡਾ ਹੋਰ ਕੌਣ ਗੁਰੂ ਹੋ ਸਕਦਾ ਜਿਹੜਾ ਇਸ ਸਮੇਂ ਕੁਰਬਾਨੀ ਦੇਵੇ। ਇਹ ਕੁਰਬਾਨੀ ਦੀ ਪ੍ਰੇਰਣਾ ਕੀਤੀ ਸੀ 9 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਜਿਹੜਾ ਇੱਕ ਕ੍ਰਾਂਤੀਕਾਰੀ ਸੋਚ ਸੀ, ਇੱਕ ਇਨਕਲਾਬ, ਇਹ ਕਿਵੇਂ ਇੰਨੀ ਛੋਟੀ ਉਮਰ ਵਿੱਚ ਗੁਰੂ ਸਾਹਿਬ ਦੇ ਅੰਦਰ ਆਇਆ? ਇੱਕ ਤਾਂ ਭੈਣ ਜੀ ਇਸ ਗੱਲ ਨੂੰ ਹਮੇਸ਼ਾ ਹਿਰਦੇ 'ਚ ਵਸਾਈਏ, ਹਾਂਜੀ, ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਦੁਨੀਆ 'ਚ ਦੂਜਾ ਕੋਈ ਨਹੀਂ। ਹਾਂਜੀ, ਇਹ ਗੱਲ ਮੰਨਣੀ ਪਏਗੀ। ਉਹਨਾਂ ਦੇ ਜਦੋਂ ਅਸੀਂ ਇਨਕਲਾਬ ਦਾ ਪੱਖ ਵੇਖਦੇ ਹਾਂ, ਉਹਦੇ ਕਈ ਕਾਰਨ, ਇੱਕ ਤੇ ਅਕਾਲ ਪੁਰਖ ਪਰਮਾਤਮਾ ਦੀ ਵੱਡੀ ਬਖਸ਼ਿਸ਼ ਜਿਹੜੀ ਧੁਰੋਂ ਲੈ ਕੇ ਆਏ ਹੋ, ਦੂਜਾ ਗੁਰ ਪਰਿਵਾਰ ਦੇ ਵਿੱਚ ਪਲੇ, ਗੁਰ ਪਰਿਵਾਰ ਦੇ ਵਿੱਚੋਂ ਮਾਂ ਨੇ ਕੈਸਾ ਜੀਵਨ ਘੜਿਆ, ਦਾਦੀ ਮਾਂ ਮਾਤਾ ਨਾਨਕੀ ਜੀ ਉਹਨਾਂ ਦੀ ਗੋਦੀ ਵਿੱਚ ਉਹ ਖੇਡੇ, ਸਤਿਕਾਰਯੋਗ ਮਾਮਾ ਜੀ ਮਾਮਾ ਕਿਰਪਾਲ ਦਾਸ ਜੀ ਉਹਨਾਂ ਦੇ ਕੋਲ ਹੋ ਰਹੇ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਪਾਸੇ ਆ ਮਹਾਰਾਜ ਜੀ ਦੇ ਪ੍ਰਕਾਸ਼ ਸਮੇਂ ਤੋਂ, ਪਰ ਇੱਕ ਪ੍ਰਸਥਿਤੀ ਐਸੀ ਆ ਜਿਹਦੇ ਭੀਖਣ ਸ਼ਾਹ ਦੀ ਸਾਖੀ ਪੜ੍ਹਦੇ ਹਾਂ, ਉਹ ਰੋਜ਼ਾਨਾ ਪੱਛਮ ਨੂੰ ਸਿਜਦਾ ਕਰਦਾ ਹੈ, ਪਰ ਅੱਜ ਕਮਾਲ ਆ ਉਹ ਪੂਰਬ ਨੂੰ ਸਿਜਦਾ ਕਰਦਾ ਹੈ। ਉਹਦੇ ਜਿਹੜੇ ਚੇਲੇ ਹੱਥ ਜੋੜ ਕੇ ਕਹਿੰਦੇ ਵੀ ਸਾਈਂ ਦਰਵੇਸ਼, ਚੇਲੇ ਗਲਤੀ ਕਰਨ ਤੇ ਉਸਤਾਦ ਸਮਝਾਏ, ਉਸਤਾਦ ਗਲਤੀ ਕਰੇ ਤੇ ਚੇਲੇ ਕੀ ਕਹਿਣ? ਉਹਨੇ ਪੁੱਛਿਆ ਕਿਉਂ? ਕਹਿਣ ਲੱਗੇ ਵੀ ਸਿਜਦਾ ਪੂਰਬ ਨੂੰ ਕਿਉਂ, ਖੁਦਾ ਦਾ ਨੂਰ ਤੇ ਪੱਛਮ ਵਿੱਚ ਆ। ਉਹ ਕਹਿਣ ਲੱਗੇ ਵੀ ਖੁਦਾ ਦਾ ਨੂਰ ਵੱਸਦਾ ਨਾ ਪੱਛਮ 'ਚ, ਪਰ ਅੱਜ ਕਮਾਲ ਇਹ ਹੋ ਗਈ ਵੀ ਖੁਦਾ ਜਿਹੜਾ ਆ ਉਹ ਪੂਰਬ 'ਚ ਆ ਗਿਆ ਹੈ। ਉਹ ਬੜੇ ਹੈਰਾਨ ਹੋਏ ਵੀ ਇਹ ਕਿਵੇਂ ਹੋ ਸਕਦਾ। ਫਿਰ ਦਰਸ਼ਨਾਂ ਨੂੰ ਗਏ ਇੱਥੋਂ ਚੱਲ ਕੇ, ਹੁਣ ਉਹਨਾਂ ਦੋ ਪੁੱਜੀਆਂ ਸਾਹਿਬ ਦੇ ਸਾਹਮਣੇ ਰੱਖਣੀਆਂ ਵੀ ਮਹਾਰਾਜ ਕਿਹਨਾਂ ਦੇ ਗੁਰੂ ਹੋਣਗੇ, ਹਿੰਦੂਆਂ ਦੇ ਜਾਂ ਮੁਸਲਮਾਨਾਂ ਦੇ? ਪਰ ਸੱਚੇ ਪਾਤਸ਼ਾਹ ਦੋਨਾਂ 'ਤੇ ਹੱਥ ਰੱਖ ਦਿੰਦੇ ਆ ਅਤੇ ਦੋਨਾਂ ਨੂੰ ਠੋਕਰ ਮਾਰ ਕੇ ਡੋਲ ਦਿੰਦੇ ਆ। ਭਾਵ ਇਹ ਆ ਵੀ ਮੇਰੀ ਕੋਈ ਵੱਖਰੀ ਗੱਲ ਨਹੀਂ, ਮੈਂ ਸਰਬ ਸਾਂਝ ਆਇਆ, ਮੈਂ ਮਨੁੱਖਤਾ ਲਈ ਆਇਆ ਹਾਂ, ਕਿਸੇ ਇੱਕ ਲਈ ਨਹੀਂ। ਇੱਕ ਅਸੀਂ ਇਹਨੂੰ ਕਹੀਏ ਅਕਾਲ ਪੁਰਖ ਦੀ ਇੱਕ ਅਗੰਮੀ ਬਖਸ਼ਿਸ਼, ਦੂਜਾ ਇਨਕਲਾਬ ਦਾ ਪੱਖ ਆ ਜੋ ਮਾਂ ਕੋਲ ਰਹਿ ਕੇ ਮਾਣਿਆ, ਦਾਦੀ ਕੋਲ ਮਾਮੇ ਕੋਲ ਪਰਿਵਾਰ ਦੇ ਵਿੱਚੋਂ ਮਾਹੌਲ ਹੀ ਐਸਾ ਸਿਰਜਿਆ ਗਿਆ। ਛੋਟੀ ਉਮਰੇ ਲੋਕ ਹਾਕਮ ਨੂੰ ਸਿਜਦਾ ਕਰਦੇ, ਪਟਨੇ ਦੇ ਹਾਕਮ ਨੂੰ, ਪਰ ਮਹਾਰਾਜ 5 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦਾ ਮਖੌਲ ਉਡਾਉਂਦੇ, ਮੌਜੂ ਉਡਾਉਂਦੇ, ਜਾਂ ਸੰਸਾਰੀ ਬੋਲੀ 'ਚ ਕਹੀਏ ਦੰਦੀਆਂ ਚੜਾਉਂਦੇ ਆ ਵੀ ਹਾਕਮ ਤੋਂ ਵੀ ਡਰਨਾ ਨਹੀਂ। ਇਹ ਇਨਕਲਾਬ ਉਹਨਾਂ ਨੂੰ ਪਰਿਵਾਰ ਦੇ ਵਿੱਚੋਂ ਹੀ ਮਿਲਦਾ ਆ। ਫਿਰ ਦੂਜਾ, ਉਹਨਾਂ ਦੇ ਜੀਵਨ ਦੇ ਉੱਤੇ ਮਾਇਆ ਦਾ ਬਿਲਕੁਲ ਪ੍ਰਭਾਵ ਨਹੀਂ। ਇੱਕ ਕੰਗਣ ਲਾ ਕੇ ਉਹ ਸੁੱਟਦੇ ਆ, ਲੋਕ ਗੀਟੀਆਂ ਸਿੱਟਦੇ ਆ, ਮਾਂ ਪੁੱਛਦੇ ਨੇ ਬੇਟਾ ਕੰਗਣ ਕਿੱਥੇ ਸਿੱਟਿਆ, ਉਹ ਦੂਜਾ ਵੀ ਲਾ ਕੇ ਸਿੱਟ ਦਿੰਦੇ ਵੀ ਮਾਂ ਉੱਥੇ ਸਿੱਟਿਆ। ਉਹਨਾਂ ਉੱਤੇ ਬਚਪਨ ਦੇ ਵਿੱਚ ਮਾਇਆ ਦਾ ਪ੍ਰਭਾਵ ਕੋਈ ਨਹੀਂ। ਤੀਜਾ ਪੱਖ ਅਸੀਂ ਹੋਰ ਵੇਖੀਏ, ਪ੍ਰਿੰਸੀਪਲ ਸੁਜਾਨ ਸਿੰਘ ਜੀ ਨੇ ਇੱਕ ਪੁਸਤਕ ਲਿਖੀ ਜੀ, ਕਲਗੀ ਦੀਆਂ ਅਣੀਆਂ, ਬੜੀ ਪਿਆਰੀ ਪੁਸਤਕ ਪੜ੍ਹਨ ਵਾਲੀ ਹੈ। ਉਹਦੇ ਵਿੱਚ ਲਿਖਦੇ ਵੀ ਮਹਾਰਾਜ ਬਾਲ ਗੋਬਿੰਦ ਰਾਏ ਜੀ 9 ਵਰਿਆਂ ਦੀ ਆਯੂ, ਅਨੰਦਪੁਰ ਸਾਹਿਬ ਦੀ ਧਰਤੀ, ਮਾਮਾ ਕਿਰਪਾਲ ਦਾਸ ਜੀ ਕੋਲੋਂ ਸੁਖਮਣੀ ਸਾਹਿਬ ਦੀ ਸੰਥਿਆ ਲੈ ਰਹੇ ਆ। ਹੁਣ ਸੰਥਿਆ ਦਿੰਦਿਆਂ 8ਵੇਂ ਸ਼ਲੋਕ ਦੀ ਆਰੰਭਤਾ ਹੋਈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇੱਧਰ ਸਲੋਕ ਪੜ੍ਹਿਆ ਜਾ ਰਿਹਾ, ਬਾਹਰੋਂ ਸੁਨੇਹਾ ਆ ਰਿਹਾ ਬਾਲ ਗੋਬਿੰਦ ਰਾਏ ਜੀ, ਪਿਤਾ ਗੁਰੂ ਨੇ ਯਾਦ ਕੀਤਾ ਹੈ, ਮਹਾਰਾਜ ਮਾਮਾ ਜੀ ਦੇ ਨਾਲ ਹੀ ਹਜ਼ੂਰ ਦੇ ਚਰਨੀ ਗਏ ਤੇ ਪੁੱਛਿਆ ਵੀ ਪਿਤਾ ਜੀ ਯਾਦ ਕੀਤਾ? ਕਹਿਣ ਲੱਗੇ ਬੈਠੋ। ਉਹੀ ਪਾਲਿਆ ਜਦੋਂ ਕਸ਼ਮੀਰੀ ਪੰਡਿਤ ਆ ਕੇ ਫਰਿਆਦੀ ਹੁੰਦੇ ਆ, ਫਿਰ ਸਤਿਗੁਰੂ ਕਹਿੰਦੇ ਵੀ ਤੁਹਾਡਾ ਧਰਮ ਬਚ ਸਕਦਾ ਆ, ਕੋਈ ਬ੍ਰਹਮ ਗਿਆਨੀ ਸ਼ਹਾਦਤ ਦੇ। ਬਿਲਕੁਲ, ਉਹ ਹੁਣੇ ਪੜ੍ਹ ਕੇ ਆਏ ਆ ਵੀ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਕੀ ਆ, ਬ੍ਰਹਮ ਗਿਆਨੀ ਦੀ ਪਰਿਭਾਸ਼ਾ ਕੀ ਆ। ਅੱਜ ਤੇ ਹਰ ਇੱਕ ਸਰੀਰ ਦੀ ਦੌੜ ਲੱਗੀ ਹੋਈ ਨਾ, ਅਸੀਂ ਹਰ ਇੱਕ ਸਰੀਰ ਨੂੰ ਕਹਿ ਰਹੇ ਹਾਂ ਜੀ ਇਹ ਬ੍ਰਹਮ ਗਿਆਨੀ ਹੈ।
ਅਸਲ ਵਿੱਚ ਬ੍ਰਹਮ ਗਿਆਨ ਦਾ ਪੱਖ ਵੇਖਣਾ ਤੇ ਆ ਇਤਿਹਾਸ ਦੀ ਦ੍ਰਿਸ਼ਟੀ ਤੋਂ ਵੇਖੋ ਕਿੱਡੀ ਕੁ ਵੱਡੀ ਸੁਰਤ ਹੋਏਗੀ ਬਾਲ ਗੋਬਿੰਦ ਰਾਏ ਜੀ ਦੀ 9 ਸਾਲ ਦੀ ਉਮਰ ਦੇ ਵਿੱਚ ਜੋ ਉਹ ਪੜ੍ਹ ਰਹੇ ਆ ਹਾਂਜੀ ਉਹ ਸਾਹਮਣੇ ਵੇਖ ਰਹੇ ਆ ਵੀ ਕਿਹਦਾ ਮਨ ਸੱਚਾ ਆ, ਕਿਹਦੀ ਰਸਨਾ ਸੱਚੀ ਆ, ਈਮਾਨ ਤੇ ਜ਼ੁਬਾਨ ਤੋਂ ਇੱਕ ਕੌਣ ਆ। ਬਿਲਕੁਲ ਅਵਰ ਨਾ ਪੇਖੇ ਏਕ ਸਬਿਨ ਕੋਈ, ਇੱਕ ਅਕਾਲ ਪੁਰਖ ਤੋਂ ਬਿਨਾਂ ਦੂਜੇ ਵੱਲ ਕੌਣ ਨਹੀਂ ਤੱਕ ਰਿਹਾ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਉਹਨਾਂ ਇਕੱਲਾ ਪੜ੍ਹਿਆ ਨਹੀਂ, ਉਹਨਾਂ ਸਾਕਸ਼ਾਤ ਬਾਪੂ ਚੋਂ ਚੀਜ਼ ਵੇਖ ਲਈ। ਬਿਲਕੁਲ ਫਿਰ ਉਹ ਕਹਿੰਦੇ ਨੇ ਹੱਥ ਜੋੜ ਕੇ ਵੀ ਮਾਲਕ ਪਿਤਾ ਜੀ ਤੁਹਾਡੇ ਤੋਂ ਵੱਡਾ ਬ੍ਰਹਮ ਗਿਆਨੀ ਕੌਣ ਹੋ ਸਕਦਾ ਹੈ। ਬਿਲਕੁਲ ਇਨਕਲਾਬ ਦਾ ਮਿਲਣਾ, ਅਕਾਲ ਪੁਰਖ ਦੀ ਬਖਸ਼ਿਸ਼, ਪਰਿਵਾਰ ਦੇ ਵਿੱਚੋਂ ਮਾਹੌਲ ਮਿਲਣਾ ਤੇ ਵੱਡੀ ਬਾਤ ਰੱਬੀ ਬਾਣੀ ਦਾ ਗਿਆਨ ਹੀ ਅਸਲ ਵਿੱਚ ਸਾਡੇ ਜੀਵਨ ਵਿੱਚ ਇਨਕਲਾਬ ਪੈਦਾ ਕਰਦਾ ਹੈ। ਅੱਜ ਸਾਡੀ ਹੋੜ ਇਹ ਨਾ ਲੱਗ ਜਾਏ ਵੀ ਮੈਂ ਬਾਣੀਆਂ ਕਿੰਨੀਆਂ ਪੜ੍ਹਨੀਆਂ ਆ। ਬਿਲਕੁਲ ਭਾਵੇਂ ਸਾਡਾ ਕੌਮ ਦੀ ਅੱਜ ਪੀੜਾ ਬਣਦੀ ਜਾ ਰਹੀ, ਹਾਂਜੀ ਅਸੀਂ ਇਹ ਲੜ ਰਹੇ ਹਾਂ ਵੀ ਨਹੀਂ ਜੀ ਬਾਣੀਆਂ ਰਹਿਤ ਮਰਿਆਦਾ 'ਚ 3 ਹੀ ਲਿਖੀਆਂ ਜੀ, ਦੂਜਾ ਕਹਿੰਦਾ ਨਹੀਂ 5 ਪੜ੍ਹੋ, ਕੋਈ ਕਹਿੰਦਾ 7 ਪੜ੍ਹੋ। ਬਿਲਕੁਲ ਬਾਣੀਆਂ ਸਿੱਖ ਵੱਧ ਤੋਂ ਵੱਧ ਪੜ੍ਹੇ, ਹਾਂਜੀ ਪਰ ਬੇਨਤੀ ਇਹ ਆ ਬਾਣੀ ਪੜ੍ਹੀਏ ਜਿਵੇਂ ਕਲਗੀਧਰ ਮਹਾਰਾਜ ਨੇ ਪੜ੍ਹੀ। ਇੱਕ ਸਲੋਕ ਪੜ੍ਹ ਰਹੇ ਇਤਿਹਾਸ 'ਚ ਜ਼ਿਕਰ ਆ ਵੀ ਉਹ ਸਲੋਕ ਹੀ ਉਹਨਾਂ ਦੇ ਅੰਦਰ ਕਿੰਨਾ ਕੁ ਵਸਿਆ ਹੋਏਗਾ। ਉਹ ਪਿਤਾ ਨੂੰ ਕਹਿੰਦੇ ਆ ਮਹਾਰਾਜ ਤੁਹਾਡੇ ਤੋਂ ਵੱਡਾ ਬ੍ਰਹਮ ਗਿਆਨੀ ਕੋਈ ਨਹੀਂ, ਅਸੀਂ ਬਾਣੀ ਵੀ ਪੜ੍ਹਦੇ ਹਾਂ, ਅਸੀਂ ਤੇ ਸਰੀਰਾਂ ਨੂੰ ਬ੍ਰਹਮ ਗਿਆਨੀ ਕਹੀ ਜਾ ਰਹੇ ਹਾਂ, ਬਿਲਕੁਲ ਪਰ ਰੱਬੀ ਬਾਣੀ ਸੁਨੇਹਾ ਇਹ ਦੇ ਰਹੀ ਆ ਕਿ ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ, ਏਕੈ ਭਗਵਾਨ। ਬਾਣੀ ਕਹਿ ਰਹੀ ਆ ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਆਪ ਪਰਮੇਸ਼ਰ। ਫਿਰ ਸਰੀਰ ਬ੍ਰਹਮ ਗਿਆਨੀ ਕਿੱਥੇ ਹੋਏਗਾ। ਬਿਲਕੁਲ ਜ਼ਰੂਰੀ ਆ ਵੀ ਰੱਬੀ ਬਾਣੀ ਦਾ ਸੁਨੇਹਾ ਮੈਂ ਕਹਾਂ ਥੋੜਾ ਪੜੋ, ਪਰ ਪੜੋ ਇਸ ਤਰੀਕੇ ਨਾਲ ਜਿਵੇਂ ਗੁਰੂ ਨੇ ਸਮਝਾਇਆ, ਉਹ ਬਾਣੀ ਦਾ ਹੀ ਸਾਰਾ ਪ੍ਰਤਾਪ ਆ ਜਿਹੜਾ ਸਾਹਿਬ ਦੇ ਹਿਰਦੇ 'ਚ ਇਨਕਲਾਬ ਬਣ ਕੇ ਆ ਉਕਰਿਆ। ਬਿਲਕੁਲ ਮਤਲਬ ਬਾਣੀ ਪੜ੍ਹਨ ਦੇ ਨਾਲ ਹੀ ਸਾਨੂੰ ਸੱਚੇ ਗੁਰੂ ਦੀ ਜਿਹੜੀ ਹੋਂਦ ਬਾਰੇ ਅਸਲ ਪਤਾ ਲੱਗ ਸਕਦਾ। ਜੇ ਅਸੀਂ ਬਾਣੀ ਦੇ ਧਾਰਨੀ ਹੋਵਾਂਗੇ ਇਸ ਤੋਂ ਬਿਨਾਂ ਸੱਚ ਦਾ ਪਤਾ ਹੀ ਨਹੀਂ ਲੱਗ ਸਕਦਾ। ਬਿਲਕੁਲ ਤੇ ਫਿਰ ਬਾਣੀ ਪੜ੍ਹਨ ਦੇ ਨਾਲ ਇਨਕਲਾਬ ਜਿਹੜੇ ਅਸੀਂ ਕਹਿ ਰਹੇ ਹਾਂ ਕਿ ਗੁਰੂ ਸਾਹਿਬ 9 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਦੇ ਮਨ ਵਿੱਚ ਇੱਕ ਇਨਕਲਾਬੀ ਸੋਚ ਆ ਗਈ ਸੀ, ਉਹ ਬਾਣੀ ਦਾ ਪ੍ਰਤਾਪ ਸੀ ਤੇ ਇੱਕ ਮਾਂ ਤੇ ਦਾਦੀ ਦੀ ਪਰਵਰਿਸ਼ ਸੀ। ਤੇ ਜਿੱਥੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਗੱਲ ਕਰ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਸ਼ਹੀਦ ਕੀਤਾ ਗਿਆ, ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਉਹਨਾਂ ਦੇ ਨਾਲ ਜਿਹੜੇ ਸਿੱਖ ਸੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਪਹਿਲੇ ਸਿੱਖਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ? ਉਹਦਾ ਕਾਰਨ ਭੈਣ ਜੀ ਜਦੋਂ ਸਤਿਗੁਰੂ ਜੀ ਦੀ ਗ੍ਰਿਫਤਾਰੀ ਜਿਹੜੀ ਆ ਉਹ ਆਗਰੇ ਦੀ ਧਰਤੀ ਤੋਂ ਹੁੰਦੀ ਹੈ, ਹਾਂਜੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾਂਦਾ, ਪਰ ਇਤਿਹਾਸ ਕਹਿੰਦਾ ਵੀ ਦਿੱਲੀ ਪਹੁੰਚਣ ਤੇ ਸਤਕਾਰ ਸਹਿਤ ਮਹਾਰਾਜ ਨੂੰ ਬਿਠਾਇਆ ਜਾਂਦਾ, ਇੱਕ ਕੈਦੀ ਵਾਂਗ ਨਹੀਂ ਸਤਕਾਰ ਦਿੱਤਾ ਜਾਂਦਾ, ਬਕਾਇਦਾ ਚੰਦਨ ਦੀ ਚੌਂਕੀ ਹਜ਼ੂਰ ਲਈ ਪਰੋਸੀ ਜਾਂਦੀ ਵੀ ਇੱਥੇ ਬੈਠੋ। ਬਹਿ ਕੇ ਗੱਲਾਂ ਬਾਤਾਂ ਇਹੀ ਹੋ ਰਹੀਆਂ ਆ ਵੀ ਤੁਸੀਂ ਆਗੂ ਬਣ ਕੇ ਆਏ ਹੋ ਕਸ਼ਮੀਰੀ ਪੰਡਿਤਾਂ ਦੇ, ਹਾਂਜੀ ਇਸਲਾਮ ਦੀ ਗੱਲ ਜਿਹੜੀ ਉਹ ਵਾਰ ਵਾਰ ਵਿਦਵਾਨ ਜਿਹੜੇ ਉਹਦੇ ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ ਦੇ ਉਹ ਵਾਰ ਵਾਰ ਆ ਕੇ ਦੱਸ ਰਹੇ ਆ ਇਸਲਾਮ ਦੀ ਆਹ ਪਵਿੱਤਰਤਾ, ਇਸਲਾਮ ਦੀ ਆਹ ਪਵਿੱਤਰਤਾ। ਮਹਾਰਾਜ ਉਹਨਾਂ ਦੀ ਹਰੇਕ ਗੱਲ ਦਾ ਵਾਜਬ ਜਵਾਬ ਦਿੰਦੇ ਆ ਵੀ ਧਰਮ ਜਿਹੜਾ ਉਹ ਕੱਟੜਤਾ ਨਹੀਂ ਸਿਖਾਉਂਦਾ, ਧਰਮ ਤੇ ਇੱਕ ਦੂਜੇ ਨੂੰ ਮਿਲਣਾ ਸਿਖਾਉਂਦਾ ਹੈ। ਕਿਸੇ ਦੀ ਆਜ਼ਾਦੀ ਖੋ ਕੇ ਗੁਲਾਮੀ ਦੇ ਕੇ ਉਹਨੂੰ ਤੁਸੀਂ ਕਹੋ ਇਹ ਆਜ਼ਾਦੀ ਹੈ, ਇਹ ਤੇ ਆਜ਼ਾਦੀ ਨਹੀਂ। ਜਦੋਂ ਅਖੀਰੀ ਗੱਲ ਤੇ ਆਪਾਂ ਆਈਏ, ਜਦੋਂ ਗੱਲ ਇਹ ਆ ਨਿਬੜਦੀ ਹੈ ਵੀ ਮੌਤ ਜਾਂ ਜ਼ਿੰਦਗੀ, ਇਸਲਾਮ ਜਾਂ ਮੌਤ, ਜ਼ਿੰਦਗੀ ਦਾ ਦਰਵਾਜ਼ਾ ਤਾਂ ਖੁੱਲਣਾ ਜੇ ਇਸਲਾਮ ਕਬੂਲ ਕਰੋਗੇ, ਨਹੀਂ ਤੇ ਮੌਤ ਦੀ ਗੱਲ। ਮੌਤ ਬਿਲਕੁਲ। ਹੁਣ ਉਸ ਵੇਲੇ ਸਾਰਿਆਂ ਦਾ ਜ਼ੋਰ ਇਹ ਲੱਗਾ ਹੋਇਆ ਵੀ ਕੇਵਲ ਇਕੱਲੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਆ, ਮੈਂ ਇੰਜ ਕਹਿ ਲਵਾਂ ਵੀ ਪੂਰਾ ਵਰਲਡ ਇੱਕ ਪਾਸੇ, ਸੰਸਾਰ ਇੱਕ ਪਾਸੇ ਹੈ, ਗੁਰੂ ਤੇਗ ਬਹਾਦਰ ਸਾਹਿਬ ਇੱਕ ਪਾਸੇ ਖੜੋ। ਬਿਲਕੁਲ ਠੀਕ ਹੈ। ਜਿਸ ਬਾਪੂ ਦੀ ਰਸਨਾ ਇਹ ਕਹਿ ਰਹੀ ਆ ਭੈ ਕਾਹੂ ਕੋ ਦੇਤ ਨੈ ਨੈ ਪੈਮਾਨ ਧਿਆਨ, ਮਾਲਕ ਤੋਂ ਵੱਡੇ ਇਸ ਸ਼ਬਦ ਦੇ ਅਰਥ ਕੌਣ ਕਰ ਸਕਦਾ ਜੀ। ਬਿਲਕੁਲ ਭੈ ਦੇਣਾ ਵੀ ਪਾਪ ਆ ਤੇ ਭੈ ਮੰਨਣਾ ਵੀ ਪਾਪ ਆ, ਨਾ ਭੈ ਦੇਣਾ ਆ ਨਾ ਭੈ ਲੈਣਾ ਆ। ਹੁਣ ਉਹ ਭੈ ਦੇ ਰਹੇ ਆ, ਭੈ ਕਿਸ ਗੱਲ ਦਾ ਹੈ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੰਨਾ ਕੁ ਭੈ ਦਿਓ ਇਹ ਸਰੀਰ ਡਰ ਜਾਏ ਔਰ ਡਰ ਕੇ ਇਸਲਾਮ ਕਬੂਲ ਕਰ ਲਏ, ਸਾਡਾ ਮਸਲਾ ਹੱਲ ਹੋ ਜਾਏ। ਬਿਲਕੁਲ ਮਹਾਰਾਜ ਨੂੰ ਜਿਹੜੀ ਸਜ਼ਾ ਦੀ ਗੱਲ ਆਉਂਦੀ ਆ, ਇਸ ਤਰੀਕੇ ਦਾ ਪਿੰਜਰਾ ਬਣਾਇਆ ਗਿਆ ਜਿਸ ਪਿੰਜਰੇ 'ਚ ਨਾ ਤੇ ਖੜੋਤਾ ਜਾ ਸਕਦਾ ਹੈ, ਨਾ ਬੈਠਾ ਜਾ ਸਕਦਾ, ਨਾ ਢੋ ਲੱਗ ਸਕਦੀ ਹੈ, ਨਾ ਲੰਮੇ ਪਿਆ ਜਾ ਸਕਦਾ। ਇੱਕ ਅੰਦਾਜ਼ਾ ਲਾਓ ਵੀ ਸਾਨੂੰ
10 मिनट 15 मिनट असी कहने साडा शरीर कंफर्टेबल नहीं, अथाह तशद्दद देते जा रहे हैं। अर्थात। और ऐसा एक तो हुंदा ना जी, पल भर दे विच मौत हो गई ते गल मुक गई, हाँ जी, पर तशद्दद कई दिन रखना। मौत सामने खड़ी है। असी कई असी कुर्सी ते बैठे हाँ, जे ते असी बिल्कुल सैट बैठे हाँ जी, हाँ जी, असी 15 मिनट 1 घंटा 2 घंटे किसी ना गल कर सकते, बिल्कुल, पर दिन लंघ जाने, रातां बीत जानियां, तशद्दद दे देना भी बैठा भी नहीं जा रहा। अंदाजा लाओ भी उहदे जिहदे च बैठा नहीं जा रहा, लम्मा ही नहीं पिया जा रहा, खड़ोते नहीं जा रहा, कैसी हालत है। बिल्कुल, पर की महाराज उस भै नूं स्वीकार कर लिया? कदे भी नहीं। फिर अगली गल आउंदी है भी ये तो अजे आ ही सजा आ, ये सामने इनिया क सख्त सजावं पेश करो। सिखां दी शहादत तां ही पहला आ भी गुरु तेग बहादुर साहब नूं किसी ना किसी तरीके डराया जा सके, डोल जानो अपने डोल को। जान। ते मगर जिहड़ी वड्डी गल आ भी जिहड़ी इन्नी जमात इहदे मगर खड़ोती आ, हाँ जी, जे ये डोल जाण साडा मसला सारा हल हो सकदा, सारे बिल्कुल, हिंदू जिहड़े ने ओह मुसलमान तब्दील हो जाणगे। भाई मती दास जी की सब तो पहली शहीदी मनी जाती है, हाँ जी, लक्कड़ चीरदियां ते बड़िया लोगों वेख्या होना, पर कमाल से भी किसी के तन नूं आरे ना चीर दिता जाए, दुफाड़ कर दिता जाए, की जलाद की जुबान दे विच सी दी आवाज भी नहीं सुनी। धन गुरु तेग बहादुर, हैरान सी वो भी एक शरीर नूं चीर रहे हैं, पर यदि आखिरी इच्छा की है भी मालक गुरु तेग बहादुर साहब वाल मुखड़ा कर दियो, मैं दुनिया तो जावा पर मेरे उस्ताद नूं लगे भी मेरा इहदा पुत जिहड़ा वो चंगे नंबर लैके पास हो गया। वाह, हुण शरीर चीरिया जाना, दूजी शहादत जिहड़ी वो भाई सतीदास दी है, हाँ जी, मौत तो बाद किसी के शरीर नूं अग नाल साड़ देना, छोटी जी गल है, बिल्कुल, पर शरीर च प्राण चल रहे हैं, हाँ एक जी, डूंगा किला गड्डिया जाता है। भाई सतीदास जी के पैर ते शरीर नूं बन के फिर उस किले नाल बन्नया जाता भी अग लगे भी तो शरीर तड़फे ना, भजे ना किसी पासे, फिर शरीर के उपर रूं वलेट देना, कोई ज्वलनशील पदार्थ पा के अग ला देनी, वाहिगुरु, हौली हौली उस शरीर का सड़ाया जा रहा, चमड़ी सड़नी है, चमड़ी तो बाद खून सड़ना, हड्डियां सड़नियां, किन्ना क तशद्दद है जिहड़ा सतगुरु दियां अखां दे सामने किया जा रहा है। पर अंदरों आवाज इको ही आती है, धन गुरु नानक, धन गुरु तेग बहादुर साहब। तीजी शहादत जिहड़ी वो भाई दयाला साहब की है, देग दे विच उबालना, पानी बिल्कुल उबलता है तो भाई दयाला जी नूं देग दे विच उतारिया जाता है, ढक्कण उत्ते रख के उहदे उत्ते पत्थर रख दिता जाता है भी विचों कोई आवाज, काफ़ी समय बाद जदों ढक्कण लाया गया है मास वखरा आ, हड्डियां वखरियां आ, शरीर जिहड़ा मास जिहड़ा वो हड्डियां नूं छड्ड गया, प्राण पंखेरू जिहड़े उह साहिब दे चरणी लग गए। ये भारी तशद्दद इक्को ही दिन दे विच गुरु तेग बहादुर साहिब दियां अखां दे सामने इक्को दिन च शहादत हो जाती है तिन्हां गुरसिखां दी, भी एडा वड्डा हमला कर दिता जाए, एडा वड्डा भारी तशद्दद हो जाए, शायद गुरु तेग बहादुर साहिब टस तों मस हो जाए, पर नहीं। हुण अगले दिन की जिहड़ी परंपरा चलती सी अगे तो सी भी कल्ली लोक जां कोतवाली दे बंदे इकट्ठे हुंदे किसी नूं मारना किसी नूं शहीद करना, पर इस वेले ढंडोरा पिटिया गया 2 दिन, कोई भी दिल्ली का बंदा ऐसा ना होवे जिहड़ा सामने ना खड़ोवे। कारण की सी? कल नूं कोई किसी कौम की अगवाई कर ही ना सके, इन्ना क डरा दिओ लोगों के मनां दे विच, इन्ना क तशद्दद पा दिओ। वक्त दियां सरकारां जदों कोई सच की गल करता है उन्हूं पहलां वैसे डराया जाता, वह चुप कर जाए, नहीं डराया जाता, भावें किसी का शरीर भी मारना पवे तां भी मार दिंदे भी इहदा डोले कुम से कम, इहनूं वेख के कोई होर ना सच का पांधी बने, बिल्कुल, ये शुरू तो चलता है। बिल्कुल, महाराज जी सारे लोग इकट्ठे किए गए एक ते गुरु तेग बहादुर साहब लोगों नूं वेखण भी मैं मैनू मार रहे ने, मैं अज शहीद हो जाना, मैनू दुनिया वेख रही है, कि उन्होंने मन से बीतेगी। जां दूजा सारे लोगों नूं यह दिखाउणा भी सरकार इत्थों तक भी काम कर सकदी आ, भावें सिख दे तौर ते सत्कार है इस गुरु का, पर असीं नहीं करदे, असीं इहनूं जरूर मार देंगे। बिल्कुल, सामने बिठा के उस स्थान दे उत्ते जिथे अजकल सीस गंज साहब सुशोभित आ, लखां दुनिया उस स्थान नूं सजदा करदी है। महाराज जी दे सामने कोतवाल जिहड़ा अब्दुल वाहद खड़ोता है, बहुत भैड़ी बिरती वाला, जलाद जिहड़ा जलालोदीन खड़ोता है, उन्हें आपकी कृपान नूं तिखियां करके महाराज नूं एक बोल कहिंदा भी सतगुरु मैं खानदानी जलाद आ,
पर मेरे सामने अज तक ऐसा बंदा नहीं जिहड़ा रोया ना होवे मरन लगे। अजे भी वेला है, इन्हें तो एक पल लाउणा, तलवार ने तेरा सीस धड़ नालों जुदा हो जाए। फिर महाराज मुस्करा के एक गल कहिंदे भी इह ते बड़ी खुशी दी गल है, जलालुद्दीन तू खानदानी जला दिया तो मैं खानदानी शहीद हाँ, अज वाहेगुरु तैनू भी पता लगेगा तू अपने वालों जुल्म की इंतहा कर ला। मैं अपने सिदक दे विच अडोलिया, जे मेरे मुंहों सी निकल जाए हाँ जी मैं तेरा गुनाहगार होवांगा। पर महाराज बैठे अमृत वेले खूह ते इशनान किया, दुपहरों बाद थड़े ते बैठा महाराज जी का सारा दिन बीतता है। दुपहरों बाद महाराज अपनी बाणी पढ़नी शुरू करते हैं ते जलाद जलालुद्दीन जिहड़ा वो अपना कर्म करन लगता है। उस वेले दा बड़ा प्यारा बोल मैनू याद आया, हजूर दे मूँह उन्हां दी रसना तो किसी विद्वान की लिखत है। महाराज कहिंदे भी मैं हाँ तेग, ते कढ लै तेग तू भी, एक दो नहीं परख लै 100 तेगा, वाह मैनू लकबा तेग बहादरी दा। वाह मेरा ना त्याग मल सी पर मेरी तेग दे जौहर वेख के मैनू बापू ने लकब दे दिता भी तू तेग बहादर है। मैनू लकबा तेग बहादरी दा, मेरे सामने नहीं सकदियां होर तेगा, मैं ते जमदियां तेगा दी शाम आनी, वेख मेरे बापू दियां पहलियां 2 तेगा, वाह मेरे पिता दी अणख बहादरी ते रिया परख दा तेरा प्यो तेगा, वाह वेखी आउंदे भविखे अंदर। आ गल बड़ी प्यारी, वेखी आउंदे भविखे अंदर मेरे पुत ने वाहणियां वो तेगा, ओदी तेग विचों जेड़ी तेग निकलू लखां लहेगी तेरियां खो तेगा। जेड़ी तेग मेरे पुत ने चलाउणी ते उस तेग चों जेड़ी खालसे दी तेग निकलनी तेरे जुल्म दा जरूर सर्वनाश करेगी। और होया, महाराज जी की शहादत हुई। सिखां दी शहादत सिर्फ इसे करके सब तो पहला कि सतगुरु नूं डराया जा सके, ये अपनी दृढ़ता तो डोल जा। बिल्कुल, हाँ जी, जिथे असीं उन्हां सिखां दी गल कर रहे हां जिन्हां ने गुरु तेग बहादुर साहब तो पहले शहीदी प्राप्त कीती, जी ते शहीदी पाण तो बाद भी जिहड़ी उन्हां दी अंतिम इच्छा सी कि साडा मूंह अंत वेले साडे मुरशद वल होवे। जी बड़ी वड्डी एक सिचुएशन, एक स्थिति, ये मन दी अवस्था असीं इहनूं कह सकते हां जी, कि एक पासे शहादत मिल रही है पर फिर भी मन की अवस्था है कि साडा मूंह जिहड़ा है मुरशद वल होवे। फिर उहदे बाद गल आउंदी है कि गुरु साहब दे शरीर नूं संभालिया भाई लखी शाह वणजारा ने ते भाई जैता जी ने। उस समय की हालात सी ते किवें किवें इहनां ने शरीर की संभाल कीती दोनां सिखां ने? हालात ते भैन जी ऐसे आ, सारी दुनिया इकट्ठी हुई है, हाँ जी, एकदम शहीदी का साका वरत जाना। हाँ जी, पर महाराज एक गल लिखते हैं भी ठीकर फोर दिल्ली से सिर, दिल्ली वालियां दे सिर ते मेरे बापू ने अपने तन का ठीकरा भन्निया है। ठीकर फोर दिल्ली से सिर प्रभपुर किया प्यान, तेग बहादुर सी करिया करीना के नुहान, तेग बहादुर के चलत भयो जगत को सोग, शोक है सब जग भयो, जय 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 सुरलोक। दुनिया दे विच हाहाकार मच गई, बिल्कुल भी ये की हो गया। हाँ जी, एकदम माहौल बदलिया, मौसम बदलिया, झखड़ झुलिया, लोग वाहो दाही आपो अपने पासियां नूं दौड़े। बिल्कुल, पर जिथे साहब दे चरणा च सिजदा उन्हां दे चरणा च भी सिजदा जिहड़े भाई लखी शाह जी वणजारा, धड़ नूं चुक के लै जाना और धड़ नूं संस्कार करन लई गुरु मर्यादा निभाउण लई अपना घर ही अग्न भेट कर देना। धन भाई जैता जी दी जिम्मेवारी लगी भी सीस लैके जाना। हुण सीस लैके जाना उहदा कारण वेखो कैसा है, एक ते महाराज जी दा तन जिहड़ा उह रुले ना दिल्ली दी धरती ते, बिल्कुल वक्ती हाकम ते चाहुंदा ही इह कुछ सी, इह वी हुक्म होया भी महाराज दे शरीर दे टोटे करके दिल्ली दे दरवाजिआं विच लटकाए जाण, इह वी हुक्म कीता जांदा। पर धड़ वी चुक के लै गया सीस भाई जैता लैके आउंदा, उहदे कई कारण सन। मां गुजरी ने एक बोल कहे सी महाराज नूं भी सच्चे पातशाह मेरी इक्को ही मंग आ, मैं आखरी पल जिहड़ा तुहाडे ते वरतना मैं उह वेखणा चाहुंदी इहनां अखां नाल। मां गुजरी ने गुरु तेग बहादुर साहब नूं कहा सी भी महाराज मैं उह पल वेखणा चाहुंदी। हाँ जी, ते सच्चे पातशाह कहिंदे सी जरूर। हुण भाई जैता उत्थों शरीर चुक के चादर दे विच वलेट के वाहो दाही उह दौड़दा है। हुण उह शाम आ, दुपहरों बाद महाराज दी शहादत आ, कुछ समय बाद सीस चुकना है। सीस चुक के पहला पड़ा इतिहास अनुसार बागपत दिल्ली का इलाका है, हाँ जी, जिस दे घर दे विच भाई जैता जिहड़ा रुकदे ने।
ਹੁਣ ਉਹ ਉਸ ਰਾਤ ਉੱਥੇ ਟਿਕੇ ਰਹੇ, ਪਰ ਇੱਕਦਮ ਦੂਜੇ ਪਾਸੇ ਮੁਸਲਮਾਨ ਲੋਕਾਂ ਨੂੰ ਜਾਂ ਹਾਕਮ ਬਿਰਤੀ ਨੂੰ ਇਹ ਪੈ ਗਿਆ ਵੀ ਕੋਈ ਧੜ ਵੀ ਲੈ ਜਾਏ ਤੇ ਸੀਸ ਵੀ ਲੈ ਜਾਏ। ਕਿੱਡੀ ਵੱਡੀ ਸਾਡੇ ਵਾਸਤੇ ਸ਼ਰਮਨਾਕ ਗੱਲ ਆ, ਅਸੀਂ ਡਰਾ ਰਹੇ ਹਾਂ ਪਰ ਸਾਡੇ ਤੋਂ ਕੋਈ ਵੀ ਨਹੀਂ ਡਰ ਰਿਹਾ, ਸੀਸ ਵੀ ਕੋਈ ਚੁੱਕ ਕੇ ਲੈ। ਬਿਲਕੁਲ। ਫਿਰ ਉਹਨਾਂ ਵਾਹੋਦਾਹੀ ਦੌੜ ਲਾਈ ਵੀ ਲੱਭੋ ਕੌਣ ਸੀਸ ਲੈ ਕੇ ਗਿਆ। ਅਕਸਰ ਇਹ ਸੀਸ ਅਨੰਦਪੁਰ ਸਾਹਿਬ ਜਾਏਗਾ, ਪਤਾ ਸੀ ਉਹਨਾਂ ਨੂੰ ਜਿੱਥੋਂ ਆਏ ਆ ਸੀਸ ਉੱਥੇ ਹੀ ਜਾਣਾ ਹੈ, ਉੱਥੇ ਜਾਣਾ। ਇੱਕ ਬਲਦੇਵ ਸਿੰਘ ਜੀ ਦੀ ਪੁਸਤਕ ਆ ਜੀ ਪੰਜਵਾਂ ਸਾਹਿਬਜ਼ਾਦਾ, ਹਾਂਜੀ, ਮੈਂ ਬੇਨਤੀ ਕਰਾਂਗਾ ਵੀ ਜਿੰਨੇ ਵੀ ਲੋਕ ਸੁਣਦੇ ਹੁਣ ਸੰਗਤ ਸੁਣਦੀ ਹੋਵੇ ਪੜ੍ਹੋ ਜ਼ਰੂਰ ਇਹਨਾਂ ਚੀਜ਼ਾਂ ਨੂੰ। ਬਿਲਕੁਲ। ਉਹਦੇ ਵਿੱਚ ਉਹਨਾਂ ਸਫ਼ਰ ਬਿਆਨ ਕੀਤਾ, ਕਲਗੀ ਦੀਆਂ ਅਣੀਆਂ ਨਾਮੀ ਪੁਸਤਕ 'ਚ ਪ੍ਰਿੰਸੀਪਲ ਸੁਜਾਨ ਸਿੰਘ ਬੜਾ ਕੁਝ ਬਿਆਨ ਕਰਦੇ ਆ। ਭਾਈ ਜੈਤੇ ਦਾ ਸਫ਼ਰ ਜਿਹੜਾ ਆ ਸ਼ਾਇਦ ਮੇਰੇ ਕੋਲ ਲਫ਼ਜ਼ 'ਤੇ ਨਹੀਂ, ਮੈਂ ਉਹਦੇ ਉਹਨਾਂ ਦੇ ਕਦਮਾਂ ਤੋਂ, ਮੈਂ ਆਪਣੇ ਬੋਲਾਂ ਨੂੰ, ਮੈਂ ਆਪਣੀ ਜ਼ਿੰਦਗੀ ਨੂੰ ਨਿਸ਼ਾਵਰ ਕਰਦੇ ਹਾਂ ਜਿਹੜਾ ਇੱਕ ਇੱਕ ਕਦਮ ਭਾਈ ਜੈਤੇ ਦਾ ਉਸ ਧਰਤੀ 'ਤੇ ਲੱਗਾ। ਬਿਲਕੁਲ। ਤੁਰ ਕੇ ਦਿੱਲੀ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਆਉਣਾ, ਪਹਿਲਾ ਪੜਾਅ ਹੁੰਦਾ ਅਗਲੇ ਦਿਨ। ਭਾਈ ਜੈਤਾ ਇੱਕ ਤਾਂ ਸ਼ਾਹੀ ਮਾਰਗ ਜਿਹੜਾ ਉਹਦੇ ਤੋਂ ਬਹੁਤ ਹਟ ਕੇ ਚੱਲਦਾ ਹੈ, ਪਗਡੰਡੀ ਜਿਹੜੀ ਜੰਗਲ ਦੇ ਵਿੱਚ ਜੇ ਉਹਦੇ ਵਿੱਚ ਦੀ ਵੀ ਉਹ ਚੱਲਦਾ ਆ ਤਾਂ ਵੀ ਉਹਨੂੰ ਕਿਤੇ ਘੋੜੇ ਦੇ ਸੁੰਮਾਂ ਦੀ ਆਵਾਜ਼ ਸੁਣਦੀ ਆ ਤਾਂ ਵੀ ਉਹ ਜੰਗਲ ਦੇ ਵਿੱਚ ਦੂਰ ਤੱਕ ਪਾਸੇ ਹੋ ਜਾਂਦਾ ਵੀ ਮੈਂ ਜ਼ਿੰਮੇਵਾਰੀ ਨਿਭਾਵਾਂ, ਮੈਂ ਸੀਸ ਜ਼ਰੂਰ ਲੈ ਕੇ ਜਾਣਾ। ਬਿਲਕੁਲ। ਅਤੇ ਕਿੰਨਾ ਕੁ ਧੰਨ ਹੋਏਗਾ ਭਾਈ ਜੈਤਾ ਜਿਹੜਾ ਸੀਨੇ ਨਾਲ ਹਜ਼ੂਰ ਦਾ ਸੀਸ ਲਾ ਕੇ ਲਾ ਕੇ ਲੈ ਕੇ ਜਾਣਾ, ਸਾਰਾ ਦਿਨ ਉਹ ਤੁਰਦਾ ਰਿਹਾ ਤੁਰਦਾ ਰਿਹਾ। ਔਰ ਉਹ ਵੀ ਉਸ ਸਮੇਂ ਜਦੋਂ ਮੁਗਲਾਂ ਦਾ ਪੂਰਾ ਪੂਰਾ ਜ਼ੋਰ ਜ਼ੋਰ ਸੀ, ਹਾਂਜੀ, ਜਿੱਥੇ ਵੀ ਕਿਸੇ ਮੁਗਲ ਨੇ ਵੇਖ ਲਿਆ ਸਾਹਮਣੇ ਮੌਤ ਹੈ ਜੀ, ਹੋਰ ਕੁਝ ਵੀ ਨਹੀਂ। ਪਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ, ਤੁਰਿਆ ਜਾਂਦਾ ਜੀ ਸਾਰਾ ਦਿਨ ਤੁਰਦਿਆਂ ਲੰਘਿਆ, ਸ਼ਾਮ ਪਈ, ਥੱਕਿਆ ਹੋਇਆ ਭਾਈ ਜੈਤਾ ਇੱਕ ਨਦੀ ਦੇ ਕਿਨਾਰੇ ਆ ਕੇ ਬੈਠਦਾ, ਹਾਂਜੀ, ਨਦੀ 'ਤੇ ਇੱਕ ਧੋਬੀ ਸ਼ਾਮ ਨੂੰ ਕੱਪੜੇ ਧੋ ਰਿਹਾ, ਧੋਬੀ ਦਾ ਨਾਂ ਲਿਖਿਆ ਇਤਿਹਾਸ ਨੇ ਜੀ ਰਾਮਦੇਵ। ਉਹਨੇ ਪਹਿਚਾਣਿਆ ਮੂੰਹ ਹਨੇਰਾ ਜਿਹਾ ਵੀ ਸਿੱਖ ਲੱਗਦਾ, ਉਹ ਅਸਥਾਨ ਹੈ ਤਰਾਵੜੀ ਨਗਰ ਆ ਜੀ, ਅੱਜ ਤਰਾਵੜੀ ਕਸਬਾ ਆ। ਉਹ ਤਰਾਵੜੀ ਦੀ ਧਰਤੀ ਦੇ ਬਾਹਰ ਨਦੀ ਧੋਬੀ ਨੇ ਵੇਖਿਆ, ਸਿੱਖ ਕੋਲ ਗਿਆ ਵੀ ਤੂੰ ਸਿੱਖ ਆ, ਕਹਿਣ ਲੱਗਾ ਜੀ ਕਿੱਥੋਂ ਆਇਆ, ਕਹਿਣ ਲੱਗੇ ਦਿੱਲੀਓਂ ਜਾਣਾ, ਆਖਿਆ ਅਨੰਦਪੁਰ ਸਾਹਿਬ, ਕਿਤੇ ਤੂੰ ਅਨੰਦਪੁਰ ਸਾਹਿਬ ਚੱਲਿਆ ਅਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੈਂ ਬੇਨਤੀ ਕਰਕੇ ਆਇਆ ਸੀ ਵੀ ਮਹਾਰਾਜ ਮੈਂ ਹਾਂ ਤਾਂ ਬੜਾ ਹੀ ਗਰੀਬ ਜਿਹਾ, ਹਾਂਜੀ, ਪਰ ਮੈਨੂੰ ਪਤਾ ਤੁਸੀਂ ਗਰੀਬ ਨਿਵਾਜ਼ ਹੋ, ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਵੀ ਕਿਤੇ ਮਹਾਰਾਜ ਆਉਂਦੇ ਆ ਮੇਰੇ ਘਰੇ ਜ਼ਰੂਰ ਆਇਓ। ਹਾਂਜੀ। ਅਤੇ ਭਾਈ ਜੈਤੇ ਨੂੰ ਕਹਿੰਦੇ ਜੇ ਤੂੰ ਚਾਹੇ ਤਾਂ ਮੇਰੇ ਘਰ ਰੁਕ ਜਾ ਅਤੇ ਮਹਾਰਾਜ ਨੂੰ ਮੇਰਾ ਸੁਨੇਹਾ ਜ਼ਰੂਰ ਦੇਈਂ। ਹਾਂਜੀ। ਭਾਈ ਜੈਤੇ ਦੇ ਆਪ ਮੁਹਾਰੇ ਅੱਥਰੂ ਡਿੱਗ ਪਏ, ਕਹਿਣ ਲੱਗੇ ਸਿੱਖਾ ਕੀ ਹੋਇਆ, ਆਖਿਆ ਗੁਰੂ ਤੇਗ ਬਹਾਦਰ ਸਾਹਿਬ ਆਏ ਆ ਤੇਰੇ ਘਰ, ਪਰ ਆਪਾਂ ਚੱਲਦੇ ਹਾਂ। ਹਾਂਜੀ। ਉਹ ਲੈ ਕੇ ਗਏ, ਉਹ ਖੂਨ ਨਾਲ ਚਾਦਰ ਜਿਹੜੀ ਉਹ ਲਿਬੜੀ ਹੋਈ, ਹਾਂਜੀ, ਉਹਨੂੰ ਖੋਲਿਆ ਤੇ ਕੀ ਵੇਖਦੇ ਧੋਬੀ ਵੀ ਤੇ ਉਹਦੇ ਘਰ ਵਾਲੀ ਵੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਇਕੱਲਾ ਸੀਸ ਆ। ਹਾਂਜੀ। ਦੋਹਾਂ ਦੀਆਂ ਧਾਹਾਂ ਨਿਕਲ ਗਈਆਂ ਤੇ ਹੱਥ ਜੋੜ ਕੇ ਕਹਿੰਦੇ ਵੀ ਮਹਾਰਾਜ ਤੁਹਾਨੂੰ, ਤੁਸੀਂ ਮੇਰੇ ਘਰ ਆਏ ਹੋ, ਸਰੀਰ ਚ ਰਹਿੰਦਿਆਂ ਵੀ ਆਸਾਂ ਪੂਰੀਆਂ ਕਰਦੇ ਹੋ, ਸਰੀਰ ਤੋਂ ਬਾਅਦ ਵੀ ਆਸਾਂ ਪੂਰੀਆਂ ਕਰਦੇ ਹੋ, ਅੱਜ ਵੀ ਅਸੀਂ ਪੜ੍ਹਦੇ ਹਾਂ ਨਾ ਤੇਗ ਬਹਾਦਰ ਸਿਮਰੈ ਕਰ ਨੌ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਈ, ਗੁਰੂ ਸੱਚੀ ਸਭ ਥਾਈ ਸਹਾਈ ਹੁੰਦਾ। ਬਿਲਕੁਲ। ਫਿਰ ਇਹਨਾਂ ਨੇ ਇੱਕ ਚਾਦਰ ਬਣਾ ਕੇ ਰੱਖੀ ਸੀ ਮਹਾਰਾਜ ਵਾਸਤੇ, ਅੱਛਾ, ਉਸ ਚਾਦਰ ਨੂੰ ਅੱਧਾ ਪਾ ਲਿਆ, ਨਵੀਂ ਚਾਦਰ ਨੂੰ ਦੋਰੀ ਤੇਰੀ ਕਰਕੇ ਸਾਹਿਬ ਦੇ ਸੀਸ ਥੱਲੇ ਰੱਖੀ, ਬਾਕੀ ਚਾਦਰ ਦੀਆਂ ਲੀਰਾਂ ਕਰਤੀਆਂ, ਇੱਕ ਡੰਡੇ ਨਾਲ ਬੰਨ ਕੇ ਸਾਰੀ ਰਾਤ ਪਤੀ ਪਤਨੀ ਖੜੋਤੇ ਰਹਿ ਸੁੱਤੇ ਨੇ ਜੀ, ਸਾਰੀ ਰਾਤ ਸੀਸ ਨੂੰ ਚੌਰ ਸਾਹਿਬ ਕਰਦੇ, ਇੰਨੀ ਕੁ ਭਾਵਨਾ ਸਿੱਖ ਦੇ ਅੰਦਰ। ਭਾਈ ਜੈਤੇ ਨੂੰ ਆਰਾਮ ਕਰਵਾਇਆ, ਕੁਝ ਨਾ ਕੁਛ ਛਕਾਇਆ, ਸਵੇਰੇ ਮੂੰਹ ਹਨੇਰਾ ਅੰਮ੍ਰਿਤ ਵੇਲਾ, ਭਾਈ ਜੈਤਾ ਕਹਿੰਦਾ ਮੈਂ ਆਪਣੀ ਮੰਜ਼ਿਲ ਵੱਲ ਵਧਣਾ। ਹਾਂਜੀ। ਦੂਰ ਤੱਕ ਇਹ ਦੋਨੋਂ ਪਰਿਵਾਰ, ਦੋਨੋਂ ਮੀਆਂ ਬੀਬੀ ਤੋਰ ਕੇ ਆਏ ਭਾਈ ਜੈਤਾ ਜੀ ਨੂੰ। ਭਾਈ ਜੈਤਾ ਫਿਰ ਦਿਨੇ ਚੱਲਦੇ ਨੇ, ਰੁਕ ਜਾਂਦੇ ਆ, ਚੱਲਦੇ ਆ, ਜਿੱਥੇ ਕਿਤੇ ਉਹ ਵੇਖਦੇ ਆ ਵੀ ਮੁਗਲ ਕੋਈ ਆਉਂਦੇ ਦਿਸਦੇ ਆ, ਆਪਣੇ ਆਪ ਨੂੰ ਲੁਕਾਉਂਦੇ ਆ, ਚੱਲਦੇ ਆ ਚੱਲਦੇ ਆ ਪੂਰੇ ਦਿਨ 'ਚ ਉਹਨਾਂ ਨੇ ਸਫ਼ਰ ਤੈਅ ਕਰਕੇ ਟਾਂਗਰੀ ਨਦੀ ਆਉਂਦੀ ਅੱਜ ਵੀ, ਜਿਹਨੂੰ ਬਰਸਾਤੀ ਨਦੀ ਕਹਿੰਦੇ ਆ, ਆਪਾਂ ਲੰਘਦੇ ਹਾਂ ਦਿੱਲੀ ਨੂੰ ਜਾਈਏ, ਰਸਤੇ 'ਚ ਆਉਂਦੀ ਆ, ਹਾਂਜੀ, ਉਹਨੂੰ ਪਾਰ ਕਰਕੇ ਸ਼ਾਮ ਹੋ ਗਈ। ਫਿਰ ਉਹ ਪੁੱਛਦਾ ਵੀ ਕਿਸੇ ਸਿੱਖਾਂ ਦਾ ਘਰ ਹੋਵੇ ਅੰਬਾਲੇ ਵਿੱਚ, ਫਿਰ ਉਹ ਕਹਿੰਦੇ ਵੀ ਇੱਕ ਪਰਿਵਾਰ ਹੈ, ਉਹ ਰਮਦਾਸੀਆ ਪਰਿਵਾਰ ਆ, ਉਹਨਾਂ ਦਾ ਨਾਂ ਆ ਦੇਵਾ ਰਾਮ। ਹਾਂਜੀ। ਭਾਈ ਜੈਤਾ ਫਿਰ ਉਹਨਾਂ ਦੇ ਘਰ ਜਾਂਦੇ ਆ, ਉੱਥੇ ਵੀ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਆ, ਇਹ ਵੀ ਕਮਾਲ ਆ, ਤਰਾਵੜੀ ਵੀ ਸੀਸਗੰਜ ਸਾਹਿਬ ਆ, ਦਿੱਲੀ ਵੀ ਸੀਸਗੰਜ ਸਾਹਿਬ, ਜਿੱਥੇ ਜਿੱਥੇ ਸੀਸ, ਅੰਬਾਲੇ ਵੀ ਸੀਸਗੰਜ ਸਾਹਿਬ ਆ, ਇਹ ਰਾਤ ਦਾ ਟਿਕਾਣਾ ਫਿਰ ਇੱਥੇ ਹੁੰਦਾ ਹੈ। ਅੱਛਾ। ਇੱਥੋਂ ਫਿਰ ਭਾਈ ਜੈਤਾ ਫਿਰ ਅੱਗੇ ਚੱਲਦੇ ਆ, ਹਾਂਜੀ, ਚੱਲਦਿਆਂ ਚੱਲਦਿਆਂ ਚੌਥਾ ਪੜਾਅ ਜਿਹੜਾ ਉਹਨੂੰ ਨਾਭਾ ਸਾਹਿਬ ਦਾ ਪੜਾਅ ਮੰਨਿਆ ਜਾਂਦਾ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਨਾਭਾ ਸਾਹਿਬ ਸ਼ੋਭਾ ਤੇ ਦਰਗਾਹੀ ਸ਼ਾਹ ਫਕੀਰ ਦੀ ਇੱਕ ਝੁੱਗੀ ਹੈ,
वो नमाज अदा कर दिया हो बेनती करता है सच्चे पातशाह धन गुरु तेग बहादुर साहब मैं लाया होया तेरा बूटा हाँ जी पक्न वाला आ सदड़े की उड़ीक आ पर एक बार दीदार जरूर बख्शो। वाह तो भाई जैता हैरान हुंदा या नाले अरदासा करता महाराज गुरु तेग बहादुर साहब मेरे किथे किथे पड़ा है मैनू उस पासे तुसीं ले जा रहे हो जिथे तुहानू कोई याद कर रहा है। वाह दरगाही शाह फकीर ने वेख्या कहन लगा सिख आ आख्या जी आनंदपुर साहब जाना बाजा वाले नू सुनेहा दे मालक नू सुनेहा दे मेरा। तो जदों ये गल हुंदी आ तो भाई जैता जी कहिंदे भी सतगुरु आप चल के आए आ। बिल्कुल जदों महाराज जी का सीस वेखदा है फिर भाई दरगाही शाह जिहड़ा फकीर आ वो कहिंदा औरंगजेब तेरे जालम राज की जड़ जिहड़ी वो पुट्टी जाएगी ये रहनी नहीं ये सुकनी शुरू हो गई अज तों बाद। तू एडा वड्डा कातल आ एडा वड्डा पापी आ तू एक खुदा दे नूर नू नहीं बख्शदा। ते सारी रात दरगाही शाह फकीर साहबां दा सीस जिहड़ा वो चुक के खड़ोता रहिंदा है। इत्थों फिर भाई जैता जी चल के कीरतपुर साहब पढ़दे आ क्योंकि उन्हां दे मन च सी बिबानगढ़ अस्थान महाराज जी दे संस्कार इत्थे होए गुरु हरगोबिंद साहब महाराज गुरु हर राय सच्चे पातशाह जी भी सीस का संस्कार भी इत्थे करना होएगा। अच्छा जी ये पंजवां पड़ा आ भाई जैता जी का। हाँ फिर जी सुनेहा मिलता आ धन गुरु गोबिंद सिंह महाराज माँ गुजरी जी और दादी माँ माँ नानकी जी आउंदे आ। तो बड़ा प्यारा नक्शा इत्थे खिंचया होया भी दादी माँ बजुर्ग बड़े आ उन्हें एक हाथ पोते दे मोढ़े ते रखे एक हाथ विच सोटी पकड़ी हुई ते आनंदपुर साहब तो तुर के आए कीरतपुर साहब तक। सब तो पहला दादी माँ ने दर्शन किए आपदे पुत दे हाँ जी वो जदों महाराज जी का सीस चेहरा चुक के ना सीने ला के तो चुमदे अखां च अथरू डिगने तो सुभाविक आ माँ है बिल्कुल ते वो पर बड़े प्रेम चा के कहिंदे आ भी बेटा तेरी मुस्कुराहट जिदा की गुरता गद्दी ते बैठे दी सी इदा इहदी शहीद होने वेले मेरे पुत की जिहड़ी अडोलता है वह बरकरार रही। फिर माँ गुजरी जी वेखदे आ भी मेरा वादा पूरा होया फिर वह बेनती करते महाराज तुहाड़ी तोड़ निभ गई कृपा करियो मेरी तोड़ निभ जाए। इतों फिर महाराज जी के सरूप नूं एक चौंकी विच रख के लजाया जाता शब्द पढ़ते जाया जाता फिर चंदन की चिखा सजा के धन गुरु तेग बहादुर महाराज सच्चे पातशाह जी के सीस का संस्कार महाराज जी के घर के बिल्कुल सामने किया गया। अज गुरद्वारा भूरा साहब तो सीसगंढ साहब आमो सामने ने आनंदपुर साहब ही सीसगंढ साहब स्थान है और ये सिख संगत लई बड़ी भावना वाली गल आ भी जिहड़ा जिथे सीस का संस्कार होया वह बिल्डिंग जिहड़ी आ हाँ जी वह गुरु गोबिंद सिंह साहब ने अपने हथी बनाई वह अज भी इन बिन उदा ही कायम आ जिहड़ी अंदरली बिल्डिंग आ वह महाराज के हत्थां दी बनी हुई ये पड़ा सी जी भाई साहब भाई जैता जी दे बड़े ही वधिया ढंग दे नाल तुसीं दस्या गुरु तेग बहादुर साहब जी ने जिहड़े जिहड़े पड़ा ते भाई जैता जी गुरु साहब दा सीस लैके गए ते उस स्थान ते गुरु साहब दा सीस गया जिथे गुरु दे सिख पहले ही गुरु साहब दा इंतजार कर रहे सी अरदासां कर रहे सी कि सानू गुरु तेग बहादुर साहब जी दे दर्शन हो जाण ते गुरु तेग बहादुर साहब जी जिथे शरीर रूप दे विच भी सिखां दी फरियाद सुनदे सी ते शरीर रूप विच जदों नहीं सी तां वी उन्होंने सिखां दी फरियाद सुन के उन्हां नूं दर्शन दिते। बड़ा ही विलखण इतिहास जिहड़ा तुसी संगत नाल सांझा कीता ते जिस तरीके नाल मैं इस गल दा आनंद लिया कि वाकई सिख किस तरीके नाल मना विच वस रहे पूर्ण गल्लां नूं वी पूरियां कर दिंदा घट घट के अंतर की जानते ते उस तरीके नाल साडी संगत भी आनंद लै रही होगी इन्हां साडे विलखण इतिहास का जिथे असी गुरु तेग बहादुर साहब जी नूं उन्हां दे लासानी शहादत नूं याद कर रहे सी गुरु तेग बहादुर साहब जी दे शहादत पुरब दे गुरु तेग बहादुर जी दी शहादत तो बाद सिखां उत्ते की प्रभाव पिया शहीदी दा ते अज दे समें जिहड़े असी शहीदी पुरब मना रहे ओह किस तरीके नाल मनाने चाहीदे सानूं शहीदी पुरब। धन गुरु तेग बहादुर महाराज सच्चे पातशाह दी जदों शहादत दी असीं गल करदे हां भी उहदे तों बाद माहौल कैसा प्रभाव कैसा। हाँ जी तां गुरु अर्जन देव साहब की शहीदी हुंदी है जी। हाँ जी 11 साल की उम्र है केवल गुरु हरगोबिंद साहब महाराज की। हाँ जी एक इनकलाब ऐसा आउंदा है भी तुहानूं दसांगे जालम सरकारे तत्तियां तवियां ते बिठा के किसी नूं शहीद किवें करीदा। हाँ जी उही इनकलाब अज दसवें जामे विच आया भी शहीद कर लिया मनुखी हक्कां की खातर जंजू की खातर तिलक की खातर बापू गुरु ने शहादत दे दित्ती। बिल्कुल पर एक प्रभाव ऐसा सी
ਜਿਹੜੇ ਲੋਕ ਜਨਮਾਂ ਜਨਮਾਂ ਤੋਂ ਲਤਾੜੇ ਹੋਏ, ਹਾਂਜੀ ਮਹਾਰਾਜ ਉਹਨਾਂ ਸਾਰਿਆਂ ਨੂੰ ਇਕੱਠਿਆਂ ਕੀਤਾ। ਇੱਕ ਕਈ ਕਾਰਨ ਇਹਦੇ ਬਣੇ, ਇੱਕ ਤਾਂ ਕਸ਼ਮੀਰੀ ਪੰਡਿਤ ਜਿਹੜੇ ਸਨ ਬਹੁਤ, ਅੱਜ ਵੀ ਤੁਸੀਂ ਜੰਮੂ ਜਾਈਏ ਅਸੀਂ ਬਹੁਤਾਤ ਸੰਗਤ ਜਿਹੜੀ ਉਹ ਸਿੱਖੀ ਸਰੂਪ ਦੇ ਵਿੱਚ ਕਾਇਮ ਹੈ। ਹਾਂਜੀ ਬਲਕਿ ਉਹਨਾਂ ਇੱਕ ਵਾਅਦਾ ਕੀਤਾ ਵੀ ਸਾਡੇ ਪਰਿਵਾਰਾਂ 'ਚੋਂ ਜਿਹੜੇ ਆਮ ਹਿੰਦੂ ਪਰਿਵਾਰ ਸਨ ਵੀ ਇੱਕ ਇੱਕ ਸਾਡਾ ਬੱਚਾ ਜਿਹੜਾ ਗੁਰੂ ਕਾ ਸਿੱਖ ਜ਼ਰੂਰ ਬਣੇਗਾ। ਇਹ ਪ੍ਰਭਾਵ ਬਣੇ, ਬਹੁਤ ਜਿਹੜੇ ਲੋਕ ਉਹ ਸਿੱਖੀ ਧਰਮ ਦੇ ਵਿੱਚ ਕਨਵਰਟ ਵੀ ਹੋਏ। ਪ੍ਰਭਾਵ ਐਸਾ ਵੀ ਜਿਹੜੇ ਜਨਮਾਂ ਜਨਮਾਂ ਤੋਂ ਲਤਾੜੇ ਜਾਂਦੇ, ਜਿਹੜੇ ਕਹਿੰਦੇ ਸੀ ਕਾਮ ਹਮਾਰਾ ਤੋਲਨ ਤੱਕੜੀ ਨੰਗੀ ਕਰਦ ਕਬੂ ਨੇ ਪਕੜੀ, ਚਿੜੀ ਉੜੀ ਤੋਂ ਹਮ ਡਰ ਜਾਏ ਦੁਸ਼ਮਣ ਸੇ ਕੈਸੇ ਲੜ ਪਾਏ, ਮਹਾਰਾਜ ਉਹਨਾਂ ਨੂੰ ਗੱਲ ਨਾ ਲਾ ਕੇ ਕਿਹਾ ਇਨ ਗਰੀਬ ਸਿੰਘਨ ਕੋ ਮੈਂ ਦਿਉਂ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਰਾਜ ਕਰਨ ਕੀ ਰੀਤ ਸਿਖਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਂ। ਉਹਨਾਂ ਲੋਕਾਂ ਵਿੱਚ ਐਸੀ ਸੁਪੇਟ ਭਰੀ ਗਈ ਵੀ ਇੱਕ ਇੱਕ ਗੁਰੂ ਕਾ ਲਾਲ ਸਵਾ ਸਵਾ ਲੱਖ ਨਾਲ ਟਕਰਾ ਗਿਆ। ਸ਼ਹੀਦੀ ਨੇ ਐਸਾ ਬਲ ਦਿੱਤਾ, ਐਸਾ ਹਿਰਦੇ ਦੇ ਵਿੱਚ ਇਨਕਲਾਬ, ਐਸੀ ਸੁਪੇਟ ਭਰ ਦਿੱਤੀ ਕਿ ਦੁਨੀਆਂ ਦੇ ਉੱਤੇ ਸੱਚਮੁੱਚ ਹੀ ਇੱਕ ਵਾਰੀ ਜ਼ੁਲਮ ਨੂੰ ਭੱਜਣ ਲਈ ਰਾਹ ਨਾ ਲੱਭਿਆ। ਅਤੇ ਦੂਸਰਾ ਪੱਖ, ਸ਼ਹਾਦਤ ਦੇ ਆ ਦਿਨ ਜਿਹੜੇ ਚੱਲ ਰਹੇ ਨੇ ਮਨਾਈਏ ਕਿਵੇਂ? ਪਿਛਲੀ ਵਾਰ ਵੀ ਮੈਂ ਅਰਜ਼ ਇਹੀ ਬੇਨਤੀ ਕਰਕੇ ਗਿਆ ਸੀ, ਸ਼ਹੀਦੀ ਪੁਰਬ, ਅੱਜ ਅਸੀਂ ਕਰੋੜਾਂ ਰੁਪਈਆ ਜਿਹੜਾ ਮਾਫ਼ ਕਰਨਾ, ਅਸੀਂ ਉਹ ਕਰੋੜਾਂ ਰੁਪਈਆ ਖਤਮ ਕਰ ਰਹੇ ਹਾਂ ਜਦੋਂ ਗੱਲ ਚੱਲਦੀ ਆ ਜੀ ਨਗਰ ਕੀਰਤਨਾਂ ਦੀ। ਕਰੋੜਾਂ ਰੁਪਈਆ ਅਸੀਂ ਉਹਨਾਂ ਚੀਜ਼ਾਂ 'ਤੇ ਲਾਉਂਦੇ ਹਾਂ ਵੀ ਲੰਗਰ ਜਿਹੜੇ ਉਹ ਤਰ੍ਹਾਂ ਤਰ੍ਹਾਂ ਦੇ ਲਾਏ ਜਾਣ। ਕਰੋੜਾਂ ਰੁਪਈਆ ਲਾ ਰਹੇ ਹਾਂ ਅਸੀਂ ਕਿ ਅਸੀਂ ਗੁਰਪੁਰਬ ਜਿਹੜਾ ਜੀ ਲਾਈਟਾਂ ਕਰ ਲਈਆਂ, ਮੋਮਬੱਤੀਆਂ ਜਲਾ ਲਈਆਂ ਇਤਿਆਦਿਕ। ਗੁਰਪੁਰਬ ਮਨਾਇਆ ਜਾਂਦਾ ਅਸਲ ਦੇ ਵਿੱਚ ਸਤਿਗੁਰੂ ਦਾ ਇਤਿਹਾਸ ਸੁਣੀਏ। ਇਤਿਹਾਸ ਅਸਲ ਦੇ ਵਿੱਚ ਕੀ ਹੁੰਦਾ ਹੈ, ਅਸੀਂ ਕਹੀਏ ਦਿਹਲੀ ਦੀਪਕ, ਦਹਿਲੀਜ਼ ਵਿੱਚ ਜਿਹੜਾ ਦੀਵਾ ਜਗਦਾ ਉਹ ਬਾਹਰ ਵੀ ਪ੍ਰਕਾਸ਼ ਕਰਦਾ ਅਤੇ ਅੰਦਰ ਵੀ ਪ੍ਰਕਾਸ਼ ਹੈ। ਇਤਿਹਾਸ ਅਸਲ ਦੇ ਵਿੱਚ ਦਿਹਲੀ ਦੀਪਕ ਹੈ। ਸਾਡੇ ਗੁਰੂ ਸਾਹਿਬ ਨੇ ਕੀ ਕੀਤਾ, ਕਿਸ ਲਈ ਕੁਰਬਾਨੀ ਦਿੱਤੀ, ਕਿਉਂ ਕੁਰਬਾਨੀ ਦਿੱਤੀ, ਅਸੀਂ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਅੱਗੇ ਕਿਵੇਂ ਜ਼ਿੰਦਗੀ ਚਲਾਈ। ਬਿਲਕੁਲ, ਅਸੀਂ ਇਕੱਲੇ ਨਗਰ ਕੀਰਤਨਾਂ ਦੀ ਸੱਚਮੁੱਚ ਉਸ ਵੇਲੇ ਬਹੁਤ ਲੋੜ ਸੀ, ਚੇਤਨਾ ਮਾਰਚ ਦੀ ਉਸ ਵੇਲੇ ਲੋੜ ਸੀ ਜਦੋਂ ਮੀਡੀਆ ਨਹੀਂ ਸੀ, ਜਦੋਂ ਇਹ ਦੌੜ ਨਹੀਂ ਸੀ, ਪਤਾ ਹੀ ਨਹੀਂ ਸੀ ਲੱਗਦਾ ਵੀ ਕਦੋਂ ਪੁਰਬ ਆਉਣਾ ਕਦੋਂ ਨਹੀਂ ਆਉਣਾ, ਪ੍ਰਭਾਤ ਫੇਰੀਆਂ ਉਦੋਂ ਨਿਕਲਦੀਆਂ। ਪਰ ਅੱਜ ਅਸੀਂ ਇਹਨੂੰ ਮਾਫ਼ ਕਰਨਾ ਪੈਸਿਆਂ ਦਾ ਖਾਓ ਫੈਸ਼ਨ ਬਣਾ ਲਿਆ, ਬਹੁਤਾ ਪੱਖ ਅਸੀਂ ਆਪਣੇ ਹੰਕਾਰ ਨਾਲ ਵੀ ਜੋੜਦੇ ਹਾਂ। ਇੱਕ ਗੁਰਦੁਆਰਾ ਇਹ ਕਹਿ ਰਿਹਾ ਜੀ ਸਾਡੇ ਗੁਰਦੁਆਰੇ ਦਾ ਨਗਰ ਕੀਰਤਨ ਜ਼ਿਆਦਾ ਵੱਡਾ ਹੈ, ਇੱਥੇ ਸੰਗਤ ਜ਼ਿਆਦਾ ਸੀ, ਦੂਜਾ ਕਹਿੰਦਾ ਨਹੀਂ ਜੀ ਸਾਡੇ ਸੰਗਤ ਜ਼ਿਆਦਾ ਹੈ। ਚਲੋ ਨਗਰ ਕੀਰਤਨ ਤੁਸੀਂ ਕੱਢੋ, ਮੈਂ ਇਹਨਾਂ ਚੀਜ਼ਾਂ ਦਾ ਕਹਾਂ ਵੀ ਗਲਤ ਨਹੀਂ, ਮੈਂ ਕਹਿੰਦਾ ਵੀ ਗਲਤ ਕਰ ਰਹੇ ਹੋ, ਪਰ ਇਸ ਚੀਜ਼ ਨੂੰ ਸਮਝੋ। ਮੈਂ ਇਸ ਚੀਜ਼ ਨੂੰ ਇਹੀ ਅਰਜ਼ ਕਰ ਰਿਹਾ ਸਾਰੀ ਸੰਗਤ ਨੂੰ, ਗੁਰਪੁਰਬ ਮਨਾਇਆ ਕਿਵੇਂ ਜਾਏ, ਚਾਹੇ ਉਹ ਨਗਰ ਕੀਰਤਨਾਂ ਦੇ ਰੂਪ ਵਿੱਚ, ਪਰ ਉਹਨੂੰ ਸਮਝੋ ਵੀ ਨਗਰ ਕੀਰਤਨ ਹੈ ਕੀ ਸੀ। ਉਹਦੇ ਵਿੱਚੋਂ ਅਸੀਂ ਸੁਨੇਹਾ ਲਈਏ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦਾ, ਨੌਵੇਂ ਪਾਤਸ਼ਾਹ ਦੇ ਸਲੋਕ ਪੜ੍ਹਦੇ ਸੁਣਦੇ ਹਾਂ, ਉਹਨਾਂ ਦੇ ਅਰਥਾਂ ਨੂੰ ਸਮਝੀਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ੀ ਹੋਈ ਬਾਣੀ ਉਹਨਾਂ ਨੂੰ ਸਮਝੀਏ, ਸਤਿਗੁਰੂ ਦੇ ਇਤਿਹਾਸ ਤੋਂ ਸਿੱਖਿਆ ਲਈਏ ਵੀ ਮੇਰੇ ਜੀਵਨ ਨੂੰ, ਮੈਂ ਆਪਣੀ ਜ਼ਿੰਦਗੀ ਨੂੰ, ਆਪਣੇ ਪਰਿਵਾਰ ਨੂੰ ਇਸ ਇਤਿਹਾਸ ਨਾਲ ਕਿਵੇਂ ਰੋਸ਼ਨ ਕਰਾਂ। ਬਿਲਕੁਲ, ਘਰਾਂ ਵਿੱਚ ਬਹਿ ਕੇ ਬਾਣੀ ਪੜ੍ਹੀਏ, ਗੁਰਦੁਆਰਾ ਸਾਹਿਬ ਜ਼ਰੂਰ ਜਾਈਏ, ਉਹਨਾਂ ਦਿਨਾਂ ਦੇ ਵਿੱਚ ਮਹਾਰਾਜ ਜੀ ਦੀ ਰਸਨਾ ਤੋਂ ਉਚਾਰੇ ਸ਼ਬਦਾਂ ਨੂੰ ਸਰਵਣ ਕਰੀਏ, ਸਮਝੀਏ, ਇਹੀ ਸਾਡੇ ਗੁਰਪੁਰਬ ਮਨਾਏ ਜਿਹੜੇ ਉਹ ਸਫਲੇ ਹੋਣਗੇ। ਬਿਲਕੁਲ, ਬਹੁਤ ਹੀ ਵਧੀਆ ਜਿਵੇਂ ਤੁਸੀਂ ਦੱਸਿਆ ਕਿ ਭੂਤਕਾਲ ਨੂੰ ਦੇਖਦੇ ਹੋਏ, ਵਰਤਮਾਨ ਨੂੰ ਸਵਾਰਦੇ ਹੋਏ, ਵਰਤਮਾਨ ਵਿੱਚ ਜੀ ਕੇ ਤੇ ਭਵਿੱਖ ਨੂੰ ਸਵਾਰਿਆ ਜਾ ਸਕਦਾ ਹੈ। ਜੀ ਬਿਲਕੁਲ, ਕਿ ਜੇ ਅਸੀਂ ਆਪਣੇ ਇਤਿਹਾਸ ਨੂੰ ਦੇਖਾਂਗੇ ਤੇ ਇਤਿਹਾਸ ਨੂੰ ਦੇਖਦੇ ਹੋਏ ਅੱਜ ਅਸੀਂ ਜੀਣਾ ਕਿਵੇਂ ਹੈ ਇਹ ਸੇਧ ਲਈਏ, ਤੇ ਫਿਰ ਆਉਣ ਵਾਲੇ ਸਮੇਂ 'ਚ ਆਪਣੇ ਬੱਚਿਆਂ ਨੂੰ ਵਿਰਸਾ ਦੇਣਾ ਕਿਵੇਂ ਵੇ ਇਹ ਸਮਝ ਕੇ ਚੱਲਾਂਗੇ, ਤਾਂ ਹੀ ਸਾਡੇ ਬੱਚੇ ਜਿਹੜੇ ਨੇ ਇੱਕ ਸੱਚੇ ਸੁੱਚੇ ਇਨਸਾਨ ਬਣ ਸਕਣਗੇ। ਤੇ ਬਹੁਤ ਹੀ ਜ਼ਰੂਰੀ ਕੋਨਸੈਪਟ ਜਿਹੜਾ ਵੀਰ ਜੀ ਨੇ ਸਾਨੂੰ ਦੱਸਿਆ, ਸ਼ਹੀਦੀ ਦਾ ਸੰਕਲਪ ਜਿਹੜਾ ਅਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੋਈ, ਤੇ ਮੈਨੂੰ ਲੱਗਦਾ ਕਿ ਸਾਰੇ ਹੀ ਦਰਸ਼ਕਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬੜੇ ਸੁਚੱਜੇ ਢੰਗ ਨਾਲ ਸਰਵਣ ਕੀਤੀ, ਤੇ ਕਿਸ ਤਰੀਕੇ ਨਾਲ ਅਸੀਂ ਗੁਰਪੁਰਬ ਮਨਾਉਣਾ ਹੈ ਇਹ ਵੀ ਵੀਰ ਜੀ ਹੋਰਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਗੁਰਬਾਣੀ ਪੜ੍ਹੀਏ ਅਤੇ ਗੁਰਬਾਣੀ ਪੜ੍ਹ ਕੇ ਮਨਾਂ ਨੂੰ ਰੋਸ਼ਨ ਕਰੀਏ। ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਅਤੇ ਸਾਨੂੰ ਦੱਸਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।